ਅਜੇ ਦਾ ਤੁਹਾਰ ਰਸਤਾ ਬਣਾਇਆ ਜਾ ਸਕਦਾ ਹੈ ਅਜੇ ਦਾ ਤੁਹਾਰ ਹੁਣ ਇੱਥੋਂ ਵਧੀਆ ਪੁਆਇੰਟ ਸਕੋਰ ਕੀਤੇ ਜਾ ਸਕਦੇ ਆ ਲੇਕਿਨ ਅੱਜ ਤੁਸੀਂ ਇਸ ਗੇਮ ਚ ਭਾਗ ਲਿਆ ਕੀ ਕਹੋਗੇ ਅੱਜ ਦਾ ਜਿਹੜਾ ਟੂਰਨਾਮੈਂਟ ਕਰਾਇਆ ਗਿਆ ਅੱਜ ਮੈਂ ਇਸ ਗੇਮ ਚ ਭਾਗ ਲਿੱਤਾ ਕਿ ਮੈਂ 4 ਮੈਚ ਜਿੱਤ ਚੁੱਕੀ ਹਾਂ ਫਾਈਨਲ ਚ ਜਾ ਕੇ ਮੈਂ ਗੋਲਡ ਮੈਡਲ ਲੈ ਕੇ ਆਈ ਹਾਂ ਕਿਉਂਕਿ ਇੱਥੇ ਜਿਹੜੇ ਪ੍ਰਾਈਵੇਟ ਉਹਨਾਂ ਨੇ ਮਦਦ ਕੀਤੀ ਕੋਈ ਸਰਕਾਰ ਸਾਡੀ ਬਾਹ ਨਹੀਂ ਫੜ ਰਹੀ ਸਰਕਾਰ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਇਸ ਤੋਂ ਬਾਅਦ ਲੈ ਕੇ ਆ ਸਕਦੇ ਹਾਂ ਜਿਹੜਾ ਅੱਜ ਟੂਰਨਾਮੈਂਟ ਹੋਇਆ ਕਿੰਨੇ ਗੇਮਾਂ ਖੇਡੀਆਂ ਤੁਸੀਂ ਅੱਜ ਮੈਂ ਅੱਜ ਜਿਹੜਾ ਟੂਰਨਾਮੈਂਟ ਹੋਇਆ ਅੱਜ ਮੈਂ 4 ਗੇਮਾਂ ਖੇਡ ਚੁੱਕੀ ਹਾਂ ਕੁਝ ਜਿਹੜੇ ਮੈਚ ਹੋਏ ਨੇ ਹਰ ਜ਼ਿਲ੍ਹੇ ਵਿੱਚ ਹੋਣੀ ਚਾਹੀਦੀ ਹੈ ਇਹ ਸਾਰੇ ਪੰਜਾਬ ਦਾ ਕੰਪੀਟੀਸ਼ਨ ਸੀ ਜੋ ਕਿ ਪੰਜਾਬ ਦਾ ਕੰਪੀਟੀਸ਼ਨ ਜੂਨੀਅਰ ਸਟੇਟ ਜਿਹੜੀ ਕਿ ਸਾਡੇ ਨਿਹਾਲ ਸਿੰਘ ਵਾਲੇ ਕਰਵਾਈ ਗਈ ਜਿਹਦੇ ਵਿੱਚ ਸਾਡਾ ਆਪਣੇ ਮੋਗੇ ਜ਼ਿਲ੍ਹੇ ਦੇ ਵਿੱਚੋਂ ਸਾਡਾ ਮੋਗਾ ਜ਼ਿਲ੍ਹਾ ਚੈਂਪੀਅਨ ਆਇਆ ਜਿੰਨੀਆਂ ਵੀ ਲੜਕੀਆਂ ਖੇਡੀਆਂ ਉਹ ਇੱਕੋ ਸੈਂਟਰ ਦੀਆਂ ਸੀ ਧੂਮਪੜ ਰਣਸੀ ਦੀਆਂ ਬਲਕਿ ਆਮ ਟੀਮ ਤਾਂ ਸਾਰੇ ਜ਼ਿਲ੍ਹੇ 'ਚੋਂ ਬਣਦੀ ਆ ਪਰ ਇਹ ਸਾਡੀ ਇੱਕੋ ਅਖਾੜੇ ਦੀ ਟੀਮ ਸੀ ਜਿਹਨੇ ਸਾਰੀ ਚੈਂਪੀਅਨਸ਼ਿਪ ਜਿੱਤੀ ਸਾਰਿਆਂ ਵਿੱਚ ਚੈਂਪੀਅਨਸ਼ਿਪ ਜਿੱਤੀ ਅਤੇ ਗੋਲਡ ਮੈਡਲ ਹਾਸਲ ਇਹ ਜਿਹੜੀ ਇਹ ਕੰਪੀਟੀਸ਼ਨ ਹੋਇਆ ਇਹ ਤੋਂ ਬਾਅਦ ਨੈਸ਼ਨਲ ਗੇਮਾਂ ਹੋਣਗੀਆਂ ਨੈਸ਼ਨਲ ਗੇਮ ਇੰਡੀਆ ਕੈਂਪ ਲੱਗੂਗਾ ਉਦੋਂ ਬਾਅਦ ਇੰਟਰਨੈਸ਼ਨਲ ਬੱਚੇ ਜਾਣਗੇ ਸਿੱਧੇ ਇਸ ਤੋਂ ਬਾਅਦ ਨੈਸ਼ਨਲ ਜਾਣ ਕੇ ਨੈਸ਼ਨਲ 'ਚੋਂ ਜਿਹੜਾ ਜਿੱਤੂਗਾ ਇੰਟਰਨੈਸ਼ਨਲ ਹੋਊਗਾ ਕੀ ਆਸਾਂ ਕੀ ਕਰਦੇ ਹੋ ਇਹਨਾਂ ਵਿਦਿਆਰਥੀ ਸਾਡੀਆਂ ਬੱਚੀਆਂ 'ਤੇ ਆਸਾਂ ਕਿ ਇੰਟਰਨੈਸ਼ਨਲ ਕੀ ਹੈ ਮੈਡਲ ਲੈ ਕੇ ਆਉਣਗੀਆਂ ਜੀ ਮੈਨੂੰ ਇਹਨਾਂ ਦੇ ਫੋਟੋ ਕੀਤਾ ਮਿਹਨਤੀ ਬਹੁਤ ਮਿਹਨਤੀ ਆ ਔਰ ਇਹਨਾਂ 'ਚ ਕੁਆਲਿਟੀ ਵੀ ਆ ਮਿਹਨਤ ਦੀ ਅਤੇ ਬੜੇ ਲਗਨ ਨਾਲ ਕਰਦੀਆਂ ਸਰੀਰਕ ਕੁੜੀਆਂ ਮਿਹਨਤ